ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਅਤੇ ਵੀਕਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ NRI TV ਤੇ ਮੈਂ ਕਮਲਪ੍ਰੀਤ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ। 33ਵੀਂ ਸਿੱਖ ਡੇ ਪਰੇਡ ਜਿਹੜੀ ਕਿ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਮੈਨਹੈਟਨ ਵਿਖੇ ਸਿੱਖ ਕਲਚਰ ਸੁਸਾਇਟੀ ਦੀ ਅਗਵਾਈ ਦੇ ਹੇਠ ਕੱਢੀ ਜਾ ਰਹੀ ਹੈ। ਇਸ ਨੂੰ ਲੈ ਕੇ ਟ੍ਰਾਈ ਸਟੇਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ ਸੱਦੀ ਗਈ ਸੀ। ਇਸ ਦੇ ਵਿੱਚ ਸਕੱਤਰ ਦੀ ਸੇਵਾ ਨਿਭਾਈ ਬਲਾਕਾ ਸਿੰਘ ਨੇ। ਇਸ ਮੀਟਿੰਗ ਦੇ ਵਿੱਚ ਸਿੱਖ ਕਲਚਰ ਸੁਸਾਇਟੀ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਬੋਪਾ ਰਾਏ ਅਤੇ ਸਿੱਖ ਕਲਚਰ ਸੁਸਾਇਟੀ ਦੇ ਸਾਰੇ ਹੋਰ ਮੈਂਬਰਸ ਵੀ ਮੌਜੂਦ ਰਹੇ। ਇਸ ਮੀਟਿੰਗ ਦੇ ਵਿੱਚ ਦਵਿੰਦਰ ਸਿੰਘ ਬੋਪਾ ਰਾਏ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਸ਼ੁਰੂਆਤ ਕੀਤੀ ਕਿ ਸਿੱਖ ਡੇ ਪਰੇਡ ਦੇ ਵਿੱਚ ਇਸ ਵਾਰ ਕਿਸੇ ਵੀ ਤਰ੍ਹਾਂ ਦੇ ਵਾਇਲੇਸ਼ਨ ਨਹੀਂ ਕੀਤੀ ਜਾਏਗੀ ਅਤੇ ਜੋ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਨਿਯਮ ਕਾਨੂੰਨ ਦਿੱਤੇ ਜਾਣਗੇ ਉਹਨਾਂ ਦਾ ਪੂਰੀ ਤਰ੍ਹਾਂ ਦਾ ਨਾਲ ਪਾਲਣ ਕੀਤਾ ਜਾਵੇਗਾ। ਇਸੇ ਦੇ ਨਾਲ ਉਹਨਾਂ ਲੰਗਰ ਨੂੰ ਲੈ ਕੇ ਵੀ ਇੱਕ ਖਾਸ ਤਰ੍ਹਾਂ ਦੀ ਅਨਾਊਂਸਮੈਂਟ ਕੀਤੀ ਕਿ ਕਾਰਡਬੋਰਡ ਦਾ ਸਿੱਖ ਡੇ ਪਰੇਡ ਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਕਿਹਾ ਕਿ ਸਾਡੇ ਵੱਲੋਂ ਸਿੱਖ ਡੇ ਪਰੇਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਵਰਤੀ ਜਾਵੇਗੀ। ਨਾਲ ਹੀ ਉਹਨਾਂ ਲੰਗਰ ਬਾਰੇ ਅਤੇ ਲੰਗਰ ਦੇ ਸਟੋਰੇਜ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਲਾਸਟ ਮੀਟਿੰਗ 'ਤੇ ਆਪਾਂ ਗੱਲਾਂ ਕੀਤੀਆਂ, ਮੇਰੇ ਨੋਟ ਵਗੈਰਾ ਸਾਰੇ ਲਿਖੇ ਆ ਅਤੇ ਮੈਂ ਇੱਕ ਬੇਨਤੀ ਕਰਦੀ ਹਾਂ ਵੀ ਆਪਾਂ ਵਾਰ ਵਾਰ ਜਿਹੜੀਆਂ ਪਹਿਲੀ ਵਾਰ ਗੱਲਾਂ ਕੀਤੀਆਂ ਵਾ ਜਾਂ ਇੱਕ ਗੱਲ 'ਤੇ ਸਾਰਿਆਂ ਬੁਲਾਰਿਆਂ ਨਹੀਂ ਗਾ ਬੋਲਣਾ, ਟਾਈਮ ਥੋੜ੍ਹਾ ਜਿਹਾ ਲਿਮਿਟਡ ਹੁੰਦਾ ਵਾ ਅਤੇ ਆਪਾਂ ਮਤਲਬ ਕਿ ਜਿਹੜੇ ਜ਼ਰੂਰੀ ਮੁੱਦੇ ਉਹਨਾਂ 'ਤੇ ਵਿਚਾਰ ਕੀਤੀ ਜਾਵੇ। ਸਭ ਤੋਂ ਪਹਿਲਾਂ ਤਾਂ ਇੱਕ 19 ਤਰੀਕ ਤੋਂ ਸਾਡੀ ਮੀਟਿੰਗ ਹੋਈ ਸੀ ਸਿਟੀ ਦੇ ਨਾਲ, ਸਟਰੀਟ ਵੈਂਡਰ ਦੇ ਨਾਲ। ਉਹਦੇ ਵਿੱਚ 3 ਮਾਈਨਰ ਵਾਇਲੇਸ਼ਨਾਂ ਸੀ ਲੰਗਰ ਬਾਰੇ। ਉਹ ਲੰਗਰ ਦੀ ਮੇਨ ਸੀ, ਤੁਸੀਂ ਅੱਗੇ ਤਾਂ ਜਾ ਸਕਦੇ ਪਹਿਲਾਂ ਲੰਗਰ 'ਚੋਂ ਅਪਰੂਵ ਤੁਹਾਨੂੰ ਹੋਣਾ ਪੈਂਦਾ ਉਹਨਾਂ ਦੇ ਨਾਲ। ਅਤੇ ਇੱਕ ਤਾਂ ਉਹ ਇਹ ਸੀ ਕਿ ਸਾਡੇ ਤੋਂ 2 ਵੈਂਡਰ ਇੱਦਾਂ ਸੀ ਜਿਨ੍ਹਾਂ ਦੇ ਕੋਲ ਹੱਥ ਧੋਣ ਵਾਸਤੇ ਪੂਰਾ ਨਹੀਂ ਸੀ ਸਮਾਨ। ਦੂਸਰਾ ਇਹ ਸੀ ਵੀ ਕੁਝ ਆਪਣੇ ਹੈਗੇ ਸੀ ਸੱਜਣ ਜਿਹੜੇ ਲਾਸਟ ਟਾਈਮ ਵੀ ਕਾਰਡਬੋਰਡ 'ਚ ਲੈ ਕੇ ਆਏ ਸੀ, ਜਿਹੜਾ ਆਪਾਂ ਨੂੰ ਪਤਾ ਵੀ ਸਿਟੀ ਇਸ ਕੰਮ ਤੋਂ ਬੜੀ ਸਟ੍ਰਿਕਟਲੀ ਆ ਕਿਉਂਕਿ ਲਾਸਟ ਟਾਈਮ ਵੀ ਸਾਨੂੰ ਮਤਲਬ ਅਸੀਂ ਡਿਸਕੁਆਲੀਫਾਈ ਹੋ ਗਏ ਅਤੇ ਸਾਨੂੰ ਉਹਨਾਂ ਮਨਾ ਕਰਤਾ ਸੀ, ਪਰ ਉਹ ਕਾਨੂੰਨ ਸਾਹਿਬ ਨੇ ਮਤਲਬ ਮੇਅਰ ਦੇ ਆਫਿਸ ਦੇ ਵਿੱਚੋਂ ਜਾ ਕੇ ਅਤੇ ਉਹ ਫਿਰ ਮਤਲਬ ਥੋੜ੍ਹੇ ਦਿਨ ਪਹਿਲਾਂ ਸਾਨੂੰ ਐਕਚੁਅਲੀ ਅਪਰੂਵ ਹੋਏ ਸੀ, ਨਹੀਂ ਤਾਂ ਮਤਲਬ ਲੱਗਦਾ ਸੀ ਕਿ ਵੀ ਲੰਗਰ ਜਿਹੜਾ ਨਹੀਂ ਲੱਗੇਗਾ। ਸਟ੍ਰਿਕਟਲੀ ਆ ਕਿ ਕਾਰਡਬੋਰਡ ਬਿਲਕੁਲ ਯੂਜ਼ ਨਾ ਕੀਤਾ ਜਾਵੇ, ਜਿਹੜਾ ਕੋਈ ਵੀ ਸੱਜਣਾ ਕਾਰਡਬੋਰਡ 'ਚ ਲੰਗਰ ਲੈ ਕੇ ਆਊਗਾ ਉਹਦਾ ਲੰਗਰ ਨਹੀਂ ਲੱਗਣ ਦਿੱਤਾ ਜਾਏਗਾ। ਆਪਾਂ ਨੂੰ ਸਾਰਿਆਂ ਨੂੰ ਇਹ 'ਤੇ ਸਹਿਮਤੀ ਪ੍ਰਗਟਾਉਣੀ ਪੈਣੀ ਆ ਕਿਉਂਕਿ ਆਪਾਂ ਜਿੰਨੇ ਵੀਰ ਬੈਠੇ ਸਾਰੇ ਜ਼ਿੰਮੇਵਾਰ ਆ। ਇਹ ਪਰੇਡ ਜਿਹੜੀ ਆ ਇਕੱਲੀ ਸਿੱਖ ਸੋਸਾਇਟੀ ਨਹੀਂ, ਠੀਕ ਹੈ ਅੱਗੇ ਲੱਗੀ, ਪਰ ਇਹ ਤੁਸੀਂ ਸਾਰੇ ਰਲ ਕੇ ਲੇਜ ਕਰਨ ਅਤੇ ਇਹ ਆਪਣਾ ਸਾਰਿਆਂ ਦਾ ਇੱਕ ਮੁੱਢਲੀ ਫਰਜ਼ ਬਣਦਾ ਵਾ ਕਿ ਆਪਾਂ ਇੱਥੇ 'ਤੇ ਜ਼ਰੂਰ ਪਹਿਰਾ ਦੇਈਏ। ਇੱਕ ਤਾਂ ਕਾਰਡਬੋਰਡ ਨਹੀਂ ਆ ਸਕਦੇ, ਭਾਵੇਂ ਪਿਛਲੀ ਵਾਰ ਕੁਛ ਸਿੰਘਾਂ ਨੇ ਕੀਤਾ ਕਿ ਉਹਨਾਂ ਸੰਤਰੇ ਕਹਿੰਦੇ ਵੀ ਛਿੱਲ ਕੇ ਲੈਂਦੇ ਸੀ, ਸੰਤਰੇ ਨਾ ਛਿੱਲੇ ਹੋਣ ਤਾਂ ਹਾਲੇ ਵੈਸੇ ਤਾਂ ਕਾਰਡਬੋਰਡ ਅਲਾਊਡ ਨਹੀਂ, ਪਰ ਤੁਸੀਂ ਕਾਰਡਬੋਰਡ 'ਚ ਰੱਖ ਸਕਦੇ, ਪਰ ਉਹਨਾਂ ਛਿੱਲ ਕੇ ਲਿਆਦੇ ਤਾਂ ਉਹ ਵੀ ਕਾਰਡਬੋਰਡ 'ਚ ਪਾਏ ਜਿਹੜੇ ਕਿ ਉਹ ਬਿਲਕੁਲ ਗਲਤ ਆ। ਫਿਰ ਕੋਈ ਵੀ ਲੰਗਰ ਜਿਹੜਾ ਤੁਸੀਂ ਫਲੋਰ 'ਤੇ ਨਹੀਂ ਰੱਖ ਸਕਦੇ, ਭਾਵੇਂ ਤੁਸੀਂ ਕੰਟੇਨਰ ਦੇ ਵਿੱਚ ਪਾਇਆ ਵਾ ਕਿਸੇ ਵੀ ਤਰ੍ਹਾਂ ਦਾ ਵਾ, ਥੱਲੇ ਤੁਹਾਨੂੰ ਮਿਲਕ ਰੇਟ ਰੱਖਣੇ ਪੈਣਗੇ ਜਾਂ ਪੈਲਟ ਵਗੈਰਾ ਰੱਖਣੇ ਪੈਣਗੇ, ਕੁਛ ਨਾ ਕੁਛ ਥੱਲੇ ਰੱਖਣਾ ਪਊਗਾ। ਜਿੱਦਾਂ ਆਪਾਂ ਨੂੰ ਸਟੋਰਾਂ ਦੇ ਵਿੱਚ ਵੀ ਹੈ ਵੀ ਤੁਸੀਂ ਜੇ 6 ਇੰਚ ਤੋਂ ਘੱਟ ਥੱਲੇ ਉੱਤੇ ਤੁਹਾਨੂੰ ਵਾਇਲੇਸ਼ਨ ਦਿੰਦੇ ਆ, ਉਹ ਸਾਨੂੰ ਬੜਾ ਜ਼ਰੂਰੀ ਫਾਲੋ ਕਰਨਾ ਪੈਣਾ ਵਾ। ਅਤੇ ਇੱਕ ਜਿਹੜੇ ਵੀਰ ਜਿੱਦਾਂ ਮੇਰੇ ਵਰਗੇ ਦਾੜੀ ਨਹੀਂ ਕਿ ਬਣਦੇ ਵੀ, ਉਹਨਾਂ ਵਾਸਤੇ ਆ ਕੇ ਥੋੜ੍ਹੀ ਜਿਹੀ ਪ੍ਰੋਬਲਮ ਹੈ ਕਿ ਉਹ ਲੰਗਰ ਸਰਵ ਨਹੀਂ ਕਰ ਸਕਦੇ, ਉਹਨਾਂ ਨੂੰ ਆਪਣੀ ਦਾੜੀ ਬੰਨ੍ਹਣੀ ਪਏਗੀ, ਦਾੜੀ ਬੰਨ੍ਹ ਕੇ ਦਿਓ ਤਾਂ ਤੁਸੀਂ ਜਾਲੀ ਪਾਉਣੀ ਪਏਗੀ, ਉਹ ਜਾਲੀ ਇੱਥੇ ਤੁਹਾਨੂੰ ਖਾਲਸਾ ਸਾਹਿਬ ਉਹਦੀ ਡਿਟੇਲ ਦੇਣਗੇ। ਉਹ ਜਾਲੀ ਤੋਂ ਬਗੈਰ ਜਿਹੜਾ ਵਾ ਉਹਦੀ ਵਾਇਲੇਸ਼ਨ ਹੈ, ਅਤੇ ਅਸੀਂ ਇਸ ਵਾਰੀ ਵੀ ਥੋੜ੍ਹੀ ਜਿਹਾ ਕੰਡੀਸ਼ਨ ਦੇ ਵਿੱਚ ਹੈ, ਜੇ ਸਾਡੇ 'ਤੇ ਕੋਈ ਵਾਇਲੇਸ਼ਨ ਹੁੰਦੀ ਆ ਤਾਂ ਉਹ ਸਾਨੂੰ ਗਾਂਹ ਤੋਂ ਫਿਰ ਪ੍ਰੋਬਲਮ ਆਏਗੀ, ਅਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ। ਅਤੇ ਟੈਂਪਰੇਚਰ ਸਾਡਾ ਪਿਛਲੀ ਵਾਰ ਬੜਾ ਵਧੀਆ ਸੀ, ਜਿਹੜਾ ਅਸੀਂ ਘੱਟ ਜਿਹੜਾ ਵਾ ਠੰਡਾ ਉਹ 40 ਤੋਂ ਥੱਲੇ ਰਹਿਣਾ ਚਾਹੀਦਾ, ਤੋਂ ਉੱਪਰਲਾ ਜਿਹੜਾ 120 ਤੋਂ ਉੱਪਰ ਹੋਣਾ ਚਾਹੀਦਾ ਵਾ ਹਾਰਟ ਜਿਹੜਾ। ਅਤੇ ਉਹ ਸਾਡਾ ਸਾਰੇ ਤਕਰੀਬਨ ਲੰਗਰਾਂ ਦਾ ਮਤਲਬ ਠੀਕ ਸੀ, ਉਹਦੀ ਸਾਡੀ ਕੋਈ ਵਾਇਲੇਸ਼ਨ ਨਹੀਂ, ਉਹਨੂੰ ਸਾਨੂੰ ਕੰਟੀਨਿਊਸ ਰੱਖਣਾ ਪੈਣਾ ਵਾ। ਅਤੇ ਦੂਸਰਾ ਇਹ ਹੈ ਕਿ ਜੇ ਕੋਈ ਵੀ ਸੱਜਣ ਲੰਗਰ ਉੱਥੇ ਲਿਆਉਣਾ ਚਾਹੁੰਦਾ ਵਾ, ਉਹ ਮੇਕ ਸ਼ੋਰ ਉਹ ਕਿਸੇ ਨਾ ਕਿਸੇ ਗੁਰੂ ਘਰ ਨਾਲ ਰਿਲੇਟਡ ਹੋਣਾ ਚਾਹੀਦਾ, ਰਿਲੇਟਡ ਨਾ ਹੋਵੇ ਕਿਸੇ ਗੁਰੂ ਘਰ ਨਾਲ ਲੈ ਕੇ ਆਵੇ, ਉਹ ਇੰਡੀਵਿਜੁਅਲ ਆਪਣਾ ਲੰਗਰ ਨਹੀਂ ਗਾ ਲਾ ਸਕਦਾ ਵੀ
ਕਿਉਂਕਿ ਲਫ਼ਜ਼ ਥੋੜ੍ਹੇ ਜਿਹੇ ਸਰਕਲ ਦੇ ਜਿੱਦਾਂ ਮੈਂ ਬੋਲਣ ਡਿਆ, ਪਰ ਇਸ ਤੋਂ ਬਗੈਰ ਚੋਇਸ ਕੋਈ ਨਹੀਂ ਗੀ, ਕਿਉਂਕਿ ਹੁਣ ਸਿਟੀ ਜਿਹੜੀ ਆ, ਪਹਿਲਾਂ ਅਸੀਂ ਕੁਝ ਵੀ ਨਹੀਂ ਸੋਚਦਾ, ਜੇ ਕਾਰਡਬੋਰਡ 'ਚ ਵੀ ਲੈ ਜਾਈਦਾ, ਠੰਡਾ ਹੋਵੇ ਗਰਮ ਹੋਵੇ, ਕੋਈ ਪ੍ਰੋਬਲਮ ਨਹੀਂ ਸੀ। ਹੁਣ ਸਿਟੀ ਜਿਹੜੀ ਆ ਦਿਨੋਂ ਦਿਨ ਮਤਲਬ ਸਾਨੂੰ ਇਸ ਚੀਜ਼ ਤੋਂ ਤੰਗ ਕਰਦੀ ਆ। ਉਹਦਾ ਰੀਜ਼ਨ ਹੈ ਕਿ ਉਹ ਅੱਗੇ ਵੀ ਕੰਗ ਸਾਹਿਬ ਨੇ ਦੱਸਿਆ ਵੀ ਬਾਕੀ ਜਿਹੜੀਆਂ ਪਲੇਟਾਂ ਹੁੰਦੀਆਂ ਵਾ ਉਹ ਉਹਦੇ 'ਚ ਪੈਸੇ ਪੇ ਕਰਦੇ ਆ ਸਮ ਅਮਾਊਂਟ, ਅਤੇ ਅਸੀਂ ਮਤਲਬ ਲੰਗਰ ਜਿਹੜਾ ਫ੍ਰੀ ਸਰਵ ਕਰਦੇ, ਉਹਦੇ ਕਰਕੇ ਅਸੀਂ ਪੈਸਾ ਨਾ ਜਮ੍ਹਾਂ ਕਰਾਉਣੇ ਆ ਅਤੇ ਨਾ ਸਾਡੇ ਕੋਲ ਮੰਗ ਰਹੀ ਆ। ਇਸ ਸੱਦੀ ਗਈ ਮੀਟਿੰਗ ਦੇ ਵਿੱਚ ਹਿਊਮਨ ਰਾਈਟ ਕਮਿਸ਼ਨਰ ਗੁਰਦੇਵ ਸਿੰਘ ਕੰਗ ਆਏ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦ। ਬਾਕੀ ਆਪਣਾ ਇਸ਼ੂ ਕੋਈ ਹੁੰਦਾ ਵਾ ਮੇਰੇ ਕਹਿਣ ਤੋਂ ਭਾਵੇਂ ਉਹ ਤੁਹਾਨੂੰ ਵਿਧਾਨ ਸਾਹਿਬ ਨੇ ਇਹ ਇਸ਼ੂ ਤੇ ਦੱਸ ਦਿੱਤਾ ਲੰਗਰਾਂ ਦਾ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਆਪਾਂ ਪਿਛਲੇ ਸਾਲ ਕੰਟਰੋਲ ਕੀਤਾ, ਇੱਕ ਇੱਕ ਬੰਦਾ ਗੁਰੂ ਘਰ ਦੇ ਸਾਨੂੰ ਦਿਓ ਜਿਹੜਾ ਲੰਗਰ ਕਮੇਟੀ 'ਚ ਹੋਵੇ, ਕਿਉਂਕਿ 26 ਸਟੀਲ ਤੋਂ ਪਾਰਕ ਐਵਨਿਊ ਤੋਂ ਲੰਗਰ ਐਂਟਰ ਹੋਣਾ, ਜਿਹਦਾ ਵੀ ਹੋਣਾ ਉੱਥੇ ਇੱਕ ਸੈਟਅਪ ਟੇਬਲ ਬਣਾਇਆ ਜਾਂਦਾ। ਆਪਣੇ ਗੁਰੂ ਘਰ ਵਾਲਿਆਂ ਦੀ ਕਿਸੇ ਦੀ ਕੋਈ ਵਾਇਲੇਸ਼ਨ ਨਹੀਂ, ਗੁਰੂ ਘਰ ਵਾਲੇ ਬਿਲਕੁਲ ਵਧੀਆ, ਜਿੰਨੀਆਂ ਵੀ ਲੰਗਰ ਲੈ ਕੇ ਆਉਂਦੇ ਨੇ ਉਹ ਸਾਰੀਆਂ ਚੀਜ਼ਾਂ ਤੋਂ ਜਾਣੂ ਨੇ। ਅਤੇ ਜਿਹੜੇ ਬੰਦੇ ਮੇਰੇ ਵੀਰ ਕਈਆਂ ਨੂੰ ਪਤਾ ਨਹੀਂ ਲੱਗਦਾ, ਉਹ ਆਪਣੇ ਜਿਹੜੀਆਂ ਚੀਜ਼ਾਂ ਲੈ ਕੇ ਆਉਂਦੇ ਨੇ, ਉੱਥੇ ਇੱਕ ਸੈਟਅਪ ਟੇਬਲ ਲਾਇਆ ਸੀ ਪਿਛਲੇ ਸਾਲ ਵਾਰੀ, ਅਤੇ ਇੱਕ ਬੰਦਾ ਹੋਵੇ ਉਹ ਉੱਥੇ ਵੀ ਆਪਾਂ ਚੈੱਕ ਕਰ ਲਈਦਾ ਜੇ ਉਹ ਕਿਸੇ ਗਲਤ ਭਾਂਡੇ ਦੇ ਵਿੱਚ ਵੀ ਪਾ ਕੇ ਲਿਆਉਂਦਾ ਨਾ। ਕੁਲਦੀਪ ਸਿੰਘ ਢਿੱਲੋਂ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਜਿਨ੍ਹਾਂ ਦੇ ਵਿੱਚ ਸਿੱਖ ਕਲਚਰ ਸੁਸਾਇਟੀ ਦੇ ਚੇਅਰਮੈਨ ਤੇ ਸੰਤ ਪ੍ਰੇਮ ਸਿੰਘ ਕਲਚਰ ਸੁਸਾਇਟੀ ਦੇ ਸਰਪ੍ਰਸਤ ਰਜਿੰਦਰ ਸਿੰਘ ਲਾਲੀ, ਬਾਬਾ ਮੱਖਣ ਸ਼ਾਹ ਲੁਬਾਣਾ ਤੋਂ ਮਾਸਟਰ ਮਹਿੰਦਰ ਸਿੰਘ, ਗੁਰਮੇਜ ਸਿੰਘ, ਗੁਰੂ ਰਾਮਦਾਸ ਸੋਸਾਇਟੀ ਆਫ ਹਰਿਆਣਾ ਦੇ ਪ੍ਰਧਾਨ ਬੂਟਾ ਸਿੰਘ ਚੀਮਾ, ਸੱਲਾਂ ਵੈਲਫੇਅਰ ਸੋਸਾਇਟੀ ਦੇ ਬਲਕਾਰ ਸਿੰਘ, ਅਕਾਲੀ ਦਲ ਮਾਨ ਨਰਿੰਦਰ ਸਿੰਘ, ਗੁਰਮੀਤ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਠੱਕ। ਗੁਰਦੇਵ ਸਿੰਘ ਕੰਗ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦਾ ਸਿੱਖ ਡੇ ਪਰੇਡ ਨੂੰ ਪੂਰਨ ਸਹਿਯੋਗ ਹੈ, ਤੇ ਅਸੀਂ ਸਭ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਿੱਖ ਡੇ ਪਰੇਡ ਦੇ ਵਿੱਚ ਹੁੰਮ ਹੁਮਾ ਕੇ ਪੁੱਜਣ ਦੀ ਕਿਰਪਾਲਤਾ ਕਰਨੀ। ਗੁਰਦੁਆਰਾ ਸਿੱਖ ਸੋਸਾਇਟੀ ਜੋ ਕਿ ਟ੍ਰਾਈ ਸਟੇਟ ਦਾ ਕੇਂਦਰੀ ਸਥਾਨ ਆ, ਇਸ ਸਾਲ ਜੋ 33ਵੀਂ ਸਿੱਖ ਡੇ ਪਰੇਡ ਆ ਉਹ 25 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਮਨਿਆਰਨ ਵਿਖੇ ਕੱਢੀ ਜਾ ਰਹੀ ਆ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪੰਥਕ ਜੋ ਜਥੇਬੰਦੀਆਂ ਦਾ ਪੂਰਾ ਸਹਿਯੋਗ ਆ। ਇਸ ਪਰੇਡ ਦੇ ਵਿੱਚ ਪਹੁੰਚਣ ਵਾਸਤੇ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਵੀਰ ਉਸ ਦਿਨ ਕੇਸਰੀ ਦਸਤਾਰਾ ਅਤੇ ਭੈਣਾਂ ਕੇਸਰੀ ਦੁਪੱਟੇ ਲੈ ਕੇ ਆਉਣ। 33ਵੀਂ ਸਿੱਖ ਡੇ ਪਰੇਡ ਜੋ ਮਨਹੱਟਨ ਵਿੱਚ ਗੁਰਦੁਆਰਾ ਸਿੱਖ ਸੋਸਾਇਟੀ ਜੋ ਕਿ ਟ੍ਰਾਈ ਸਟੇਟ ਦਾ ਕੇਂਦਰੀ ਸਥਾਨ ਆ, ਉਹਦੇ ਵੱਲੋਂ ਸਮੂਹ ਗੁਰੂ ਘਰ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਆ। ਦਾਸ ਦੀ ਆਪ ਸਭ ਸੰਗਤਾਂ ਨੂੰ ਬੇਨਤੀ ਆ ਕਿ 25 ਅਪ੍ਰੈਲ ਦਿਨ ਸ਼ਨੀਵਾਰ ਨੂੰ 2020 ਮਨਹੱਟਨ ਦੇ ਵਿੱਚ ਮੈਡੀਸਨ ਐਵੀਨਿਊ 37 ਸਟਰੀਟ 'ਤੇ ਜਿਹੜੀ ਗੈਦਰਿੰਗ ਹੋ ਰਹੀ ਆ, ਉੱਥੋਂ ਪਰੇਡ ਸ਼ੁਰੂ ਹੋ ਰਹੀ ਆ, ਉੱਥੇ ਸਭ ਸੰਗਤਾਂ ਹੁਮ ਹੁਮ ਆ ਕੇ ਪਹੁੰਚੋ ਅਤੇ ਇਹਦਾ ਜਿਹੜਾ ਲਾਸਟ ਹੈਗਾ ਵਾ ਜਿੱਥੇ ਪਰੇਡ ਖਤਮ ਹੋਣੀ ਆ, ਲੰਗਰ ਲੱਗਣੇ ਆ, ਉਹ 26 ਤਰੀਕ 'ਤੇ ਆ। ਦਾਸ ਆਪਣੇ ਵੱਲੋਂ ਬੇਨਤੀ ਕਰਦਾ ਵਾ ਸਮੂਹ ਟ੍ਰਾਈ ਸਟੇਟ ਦੀਆਂ ਸੰਗਤਾਂ ਨੂੰ, ਈਸਟ ਕੋਸਟ ਦੀਆਂ ਸਮੂਹ ਸੰਗਤਾਂ ਨੂੰ ਕਿ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਹੁਮ ਹੁਮ ਆ ਕੇ ਪਹੁੰਚੋ। ਇਹਦੇ ਨਾਲ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਇਕੱਲੀ ਸਿੱਖ ਸੋਸਾਇਟੀ ਨਹੀਂ ਕੀ ਕਰ ਰਹੀ ਹੈ, ਜਿੰਨੇ ਵੀ ਤਕਰੀਬਨ 40 ਗੁਰੂ ਘਰ ਨੇ ਟੋਟਲ ਜਿਹੜੇ ਰਲ ਕੇ ਇਸ ਪਰੇਡ ਨੂੰ ਕੱਢਦੇ ਆ, ਅਤੇ ਮੈਂ ਪੁਰਜ਼ੋਰ ਅਪੀਲ ਕਰਦਾ ਵਾਂ ਸਾਰੀਆਂ ਜਥੇਬੰਦੀਆਂ ਨੂੰ ਆਪ ਜ਼ਰੂਰ ਹੁੰਮਾ ਕੇ ਪਹੁੰਚੋ। ਇਹਦੇ ਨਾਲ ਹੀ ਮੈਂ ਆਪਣਾ ਪੰਜਾਬ ਟੀਵੀ ਚੈਨਲ ਅਤੇ ਅਖਬਾਰ ਜਿਹੜਾ ਵਾ ਉਹਨੂੰ ਉਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਉਹ ਸਿੱਖ ਕਲਚਰ ਸੋਸਾਇਟੀ ਦਾ ਇੱਕ ਆਪਣਾ ਮੀਡੀਆ ਵਾ ਜਿਹੜਾ ਕਿ ਹਮੇਸ਼ਾ ਸਿੱਖ ਸੋਸਾਇਟੀ ਨੂੰ ਕਵਰ ਕਰਦਾ ਜਿੱਥੇ ਵੀ ਕਿਤੇ ਲੋੜ ਹੁੰਦੀ ਆ। ਅਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਕੋਲ ਇਸ ਚੀਜ਼ ਦੀ ਆਸ ਰੱਖਦਾ ਕਿ ਸਿੱਖ ਸੋਸਾਇਟੀ ਦੇ ਨਾਲ ਤੁਰਨਗੇ, ਫਿਰ ਆਓ ਰਲ ਮਿਲ ਕੇ ਸਾਰੇ ਇਹ ਪਰੇਡ ਨੂੰ ਸਫਲ ਕਰੀਏ ਜੀ। ਇਸ ਦੇ ਨਾਲ ਹੀ ਹੋਰ ਆਏ ਹੋਏ ਪਤਵੰਤੇ ਸੱਜਣਾਂ ਨੇ ਵੀ ਸਾਰੀਆਂ ਸੰਗਤਾਂ ਨੂੰ ਸਿੱਖ ਡੇ ਪਰੇਡ ਦੇ ਵਿੱਚ ਹੁੰਮ ਹੁਮਾ ਕੇ ਪੁੱਜਣ ਦੇ ਲਈ ਬੇਨਤੀ ਕੀਤੀ ਹੈ ਕਿ ਜੋ ਕਿ 25 ਅਪ੍ਰੈਲ ਦਿਨ ਸ਼ਨੀਵਾਰ ਨੂੰ 33ਵੀਂ ਪਰੇਡ ਨਿਕਲ ਰਹੀ ਹੈ, ਉਸ ਦੇ ਵਿੱਚ ਮੈਂ ਸਮੂਹ ਟ੍ਰਾਈ ਸਟੇਟ ਦੇ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਹੁੰਮ ਹੁਮਾ ਕੇ ਪਹੁੰਚੋ ਅਤੇ ਇਸ ਪਰੇਡ ਨੂੰ ਕਾਮਯਾਬ ਕਰੋ, ਕਿਉਂਕਿ ਹਰ ਸਾਲ ਪਹਿਲਾਂ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਸਾਲ ਹੀ ਕਾਮਯਾਬ ਹੁੰਦੀ ਹੈ। ਇਸ ਕਿ ਜੋ ਜਿਹੜੇ ਦੰਗੇ ਹੋ ਰਹੇ ਹਨ ਜੋ ਇੰਡੀਆ ਵਿੱਚ ਜਾਂ ਹੋਰ ਵੀ
जो ये चल रहा काम इस रोकने के लिए मैं सारियां नूं कहिंदा कि आप सारे इकट्ठे हो के इन्हां दंगियां ते लत पाओ अते ये बेनती करते हाँ कि जात पात तो उपर उठ के जो कि असी जात पात दीआं लड़ाइयां पाईआं होईआं हन और उन्हां नूं असी मिटाउण दे वास्ते ही ये परेडां कढ़दे हाँ। तो फिर दोबारा बेनती है कि सारे एक झंडे थले इकट्ठे हो के इन्हां झगड़ियां नूं मुकाओ अते ये जिहड़ी 33वीं परेड है इस नूं कामयाब करो। जिस तरह अज सिख कल्चर सोसाइटी की चैरिटी मुहिम ट्राई स्टेट के गुरद्वारे ने रल के मीटिंग की जो सिख दे परेड हर साल की तरह वो निकल रही है उहदे विच मैं बेनती करता हाँ सारे नूं मैं जिस तरह अकाल पुरख गुरू लोग के बच्चों वालों मैं बेनती करता हाँ सारे अपने बच्चों भी नाल लैके आओ जी उहदे विच वध तों वध पार्टीसपेट करो। जिहड़ी खासियत इस परेड की यह होएगी जी परेड जून 84 के घल्लूघर के जो शहीद सिख सिंघणियां ਅਤੇ ਉਹਨਾਂ ਨੂੰ ਸਮਰਪਿਤ ਹੋਵੇਗੀ। ਮੈਂ ਆਸ ਕਰਦਾ ਹਾਂ ਕਿ ਆਪ ਸਾਰੇ ਹੀ ਜੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦੇ ਹੋ ਸਾਰੇ ਪਰਿਵਾਰਾਂ ਸਮੇਤ ਪਹੁੰਚੋ ਹੋਮ ਹੋਮ ਆ ਕੇ ਇੱਕ ਵਾਰੀ ਪਤਾ ਲੱਗ ਜਾਏ ਜਿਹੜੇ ਬੱਚੇ ਨੇ ਬੱਚਿਆਂ ਨੂੰ ਖਾਸ ਕਰਕੇ ਜੀ ਲੈ ਕੇ ਜਿਹੜਾ ਗੱਤਕੇ ਦੀਆਂ ਟੀਮਾਂ ਦੇ ਵਿੱਚ ਉਹਨਾਂ ਨੂੰ ਹਿੱਸਾ ਦਿਵਾਓ ਔਰ ਮੈਂ ਬੇਨਤੀ ਕਰਦਾ ਅਕਾਲ ਗੱਤਕਾ ਗੁਰਮੁਖ ਗਰੁੱਪ ਬਾਬਾ ਮੱਖਣ ਛਲਵਾਣਾ ਸਿੱਖ ਸੈਂਟਰ ਵੱਲੋਂ ਸਾਰੇ ਹੀ ਪਰਿਵਾਰਾਂ ਸਮੇਤ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਜਿਵੇਂ ਕਿ ਹਰ ਸਾਲ ਦੀ ਤਰ੍ਹਾਂ 25 ਤਰੀਕ ਦਿਨ ਹੈ ਸ਼ਨੀਵਾਰ ਨੂੰ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਿੱਖ ਕਲਚਰ ਸੋਸਾਇਟੀ ਵੱਲੋਂ मीडिया के उत्ते दिखा के जिहड़े मेरे वीर घर बैठे ने उन्होंने भी विखा के तो उन्होंने उत्साह पैदा करते हैं जिन्हें भी साड़ी यंग जनरेशन है उन्होंने भी बेनती की जाती है भी हुम हुम आ के इस परेड के पहुंचो तो गुरु दी खुशियां प्राप्त करो जी। वाहेगुरू जी का खालसा। ब्यूरो रिपोर्ट अपना पंजाब मीडिया बलविंदर सिंह मुल्तानी। देश दुनिया की हर खबर ते नज़र रखण दे लई हुण साडा डेली अते वीकली इंटरनेशनल एडिशन पढ़न दे लई लॉगिन करो साडी वैबसाइट ते www.apnapunjabmedia.com ते इसे दे नाल ही तुसी इत्थे साडा ई पेपर भी पढ़ सकदे हो ते जल्दी विजिट करो साडी वैबसाइट ते।